ਜੀ ਪੰਜਾਬੀ ਡਿਕਟੇਸ਼ਨ ਦਾ ਜੋ ਅੱਜ ਆਪਾਂ ਪੈਰਾ ਡਿਕਟੇਟ ਕਰਨਾ ਉਹ ਆਪਾਂ 100 ਦੀ ਸਪੀਡ 'ਤੇ ਕਰਾਂਗੇ ਅਤੇ ਹੋ ਜਾਓ ਫਿਰ ਰੈਡੀ ਕਰੀਏ ਸਟਾਰਟ ਹਾਂਜੀ ਰੈਡੀ ਸਟਾਰਟ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਬਰਾਬਰ ਦੇ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਜੇਕਰ ਚੀਜ਼ਾਂ ਨੂੰ ਸੂਖਮ ਤੌਰ 'ਤੇ ਵਾਚਿਆ ਜਾਵੇ ਤਾਂ ਸਮਾਜ ਵਿੱਚ ਹੋ ਰਹੇ ਵਿਤਕਰੇ ਅਤੇ ਪੱਖਪਾਤ ਦੀਆਂ ਬਹੁਤ ਸਾਰੀਆਂ ਅਣਦਿਸਦੀਆਂ ਪਰਤਾਂ ਸਾਹਮਣੇ ਆਉਂਦੀਆਂ ਹਨ ਡੰਡੀ ਸੰਯੁਕਤ ਰਾਸ਼ਟਰ ਅਮਰੀਕਾ ਦੁਆਰਾ ਘੋਸ਼ਿਤ ਕੀਤਾ ਗਿਆ ਸੀ ਕਿ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਜਾਇਆ ਕਰੇਗਾ ਜਿਸ ਦਾ ਮੁੱਖ ਉਦੇਸ਼ ਵਿਕਲਾਂਗ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਮਾਜਿਕ ਕਿਰਿਆਵਾਂ ਵਿੱਚ ਇਹਨਾਂ ਦੀ ਭਾਗੇਦਾਰੀ ਨੂੰ ਵਧਾਉਣਾ ਸੀ ਪਰ ਭਾਰਤੀ ਵਿਕਲਾਂਗ ਲੋਕਾਂ ਬਾਰੇ ਦੱਸਦੇ ਹੋਏ ਅਪੰਗਤਾ ਅਧਿਕਾਰ ਸਮੂਹ ਦੇ ਨਿਰਦੇਸ਼ਕ ਕਹਿੰਦੇ ਹਨ ਕਿ ਭਾਰਤ ਵਿੱਚ ਵਿਕਲਾਂਗ ਲੋਕਾਂ ਦੀ ਸੰਖਿਆ ਦੇ ਅਨੁਮਾਨਿਤ ਅੰਕੜੇ 6 ਤੋਂ 7 ਕਰੋੜ ਦੇ ਵਿਚਕਾਰ ਹਨ ਅਤੇ ਸਰਕਾਰੀ ਅੰਕੜਿਆਂ ਅਨੁਸਾਰ ਵਿਕਲਾਂਗ ਲੋਕ ਸਿਰਫ 2.2% ਦੱਸੇ ਗਏ ਹਨ ਡੰਡੀ ਇੱਥੋਂ ਤੱਕ ਕਿ ਸਾਡੇ ਦੇਸ਼ ਵਿੱਚ ਬਣਾਈਆਂ ਗਈਆਂ ਪਹਿਲੀਆਂ 10-5 ਸਾਲਾਂ ਯੋਜਨਾਵਾਂ ਵਿੱਚ ਇਹਨਾਂ ਲੋਕਾਂ ਦਾ ਜ਼ਿਕਰ ਤੱਕ ਨਹੀਂ ਆਉਂਦਾ ਡੰਡੀ 2001 ਦੀ ਜਨਗਣਨਾ ਸਮੇਂ ਇਹਨਾਂ ਨੂੰ ਪਹਿਲੀ ਵਾਰ ਜਨਗਣਨਾ ਵਿੱਚ ਸ਼ਾਮਿਲ ਕੀਤਾ ਗਿਆ ਡੰਡੀ ਵਿਕਲਾਂਗਤਾ ਤੋਂ ਭਾਵ ਉਸ ਵਿਅਕਤੀ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਸਰੀਰਕ ਜਾਂ ਮਾਨਸਿਕ ਤੌਰ 'ਤੇ ਕੋਈ ਵਿਕਾਰ ਹੋਵੇ ਅਤੇ ਇਸ ਵਿਕਾਰ ਨੂੰ ਇੱਕ ਪ੍ਰਕਾਰ ਦੀ ਕਮੀ ਦਾ ਅਰਥਾਂ ਵਿੱਚ ਲਿਆ ਜਾਂਦਾ ਹੈ ਡੰਡੀ ਅੱਜ ਵਿਕਲਾਂਗਤਾ ਤੋਂ ਪੀੜਤ ਵਿਅਕਤੀ ਸਰੀਰਕ ਪੀੜਾ ਦੇ ਨਾਲ ਨਾਲ ਮਾਨਸਿਕ ਤ੍ਰਾਸਦੀ ਵੱਧ ਹੰਢਾ ਰਿਹਾ ਹੈ ਡੰਡੀ ਸਾਡੇ ਸਮਾਜ ਵਿੱਚ ਵਿਕਲਾਂਗ ਲੋਕਾਂ ਨੂੰ ਹਮਦਰਦੀ ਦੀ ਭਾਵਨਾ ਨਾਲ ਘੱਟ ਬਲਕਿ ਹੀਣਤਾ ਤਰਸ ਅਤੇ ਵਿਚਾਰਗੀ ਦੀ ਭਾਵਨਾ ਨਾਲ ਵਧੇਰੇ ਦੇਖਿਆ ਜਾਂਦਾ ਹੈ ਡੰਡੀ ਜੇਕਰ ਅਤੀਤ ਦੀਆਂ ਪਰਤਾਂ ਨੂੰ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਵਿਵਹਾਰ ਦੀਆਂ ਜੜ੍ਹਾਂ ਕਬੀਲਾ ਭਾਈ ਸੱਭਿਆਚਾਰ ਵਿੱਚ ਮੌਜੂਦਾ ਸਨ ਡੰਡੀ ਪੈਰਾ ਮਾਂ ਪਿਓ ਦੁਆਰਾ ਇਹਨਾਂ ਬੱਚਿਆਂ ਨੂੰ ਬਾਹਰ ਕਿਸੇ ਪ੍ਰੋਗਰਾਮ ਵਿੱਚ ਲੈ ਕੇ ਜਾਣ ਦੀ ਬਜਾਏ ਘਰਾਂ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਇਸ ਨਾਲ ਦੂਜਿਆਂ ਨੂੰ ਦਿੱਕਤ ਹੋਵੇਗੀ ਪਰ ਇਹੀ ਕਾਰਨ ਹੈ ਕਿ ਸਾਡਾ ਸਮਾਜ ਵਿਕਲਾਂਗ ਲੋਕਾਂ ਨੂੰ ਐਵੇਂ ਖੁੱਲ੍ਹ ਕੇ ਵਿਚਰਦੇ ਵੇਖਣ ਦਾ ਆਦੀ ਨਹੀਂ ਹੈ ਜਿਸ ਕਰਕੇ ਕਦੇ ਕਦਾਈ ਬਾਹਰ ਗਏ ਵਿਕਲਾਂਗ ਵਿਅਕਤੀ ਨੂੰ ਬਹੁਤ ਸਾਰੇ ਅਣਕਿਆਸੇ ਵਿਵਹਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਘਿਰਨਾ ਡੰਡੀ ਅਸੀਂ ਅਚੇਤ ਜਾਂ ਸੁਚੇਤ ਰੂਪ ਵਿੱਚ ਇਹਨਾਂ ਲੋਕਾਂ ਲਈ ਅੰਨਾ ਕਾਣਾ ਟੀਰਾ ਲੰਗੜਾ ਕੁੱਬਾ ਟੇਡਾ ਭੈਂਗਾ ਟੂੰਡਾ ਬੋਲਾ ਤੋਤਲਾ ਅਤੇ ਪਿੰਗਲਾ ਆਦਿ ਸ਼ਬਦਾਵਲੀ ਦੀ ਵਰਤੋਂ ਕਰਦੇ ਹਾਂ ਜਦਕਿ ਅੱਖਾਂ ਤੋਂ ਨਾ ਦੇਖਣਾ ਕੰਨਾਂ ਤੋਂ ਨਾ ਸੁਣ ਸਕਣਾ ਜਾਂ ਫਿਰ ਤੁਰ ਨਾ ਸਕਣਾ ਸਾਰੀਆਂ ਕੁਦਰਤੀ ਰੁਕਾਵਟਾਂ ਹਨ ਡੰਡੀ ਸਾਡੀ ਅਣਗਹਿਲੀ ਵਿੱਚ ਵਰਤੀ ਗਈ ਇਹੋ ਜਿਹੀ ਸ਼ਬਦਾਵਲੀ ਜਾਣੇ ਜਾਂ ਅਣਜਾਣੇ ਵਿੱਚ ਇਹਨਾਂ ਲੋਕਾਂ ਨੂੰ ਉਹਨਾਂ ਦੀ ਕਮੀ ਦਾ ਅਹਿਸਾਸ ਕਰਵਾ ਦਿੰਦੀ ਹੈ ਡੰਡੀ ਵਿਕਲਾਂਗ ਵਿਅਕਤੀ ਦਾ ਵਿਆਹ ਹੋਣਾ ਵੀ ਅਲੋਕਾਰ ਗੱਲ ਹੈ ਡੰਡੀ ਇੱਕ ਵਿਕਲਾਂਗ ਕੁੜੀ ਨੂੰ ਤਾਂ ਦੋਹਰਾ ਭਾਰ ਸਮਝਿਆ ਜਾਂਦਾ ਹੈ ਕਿ ਪਹਿਲਾਂ ਤਾਂ ਉਹ ਕੁੜੀ ਅਤੇ ਦੂਜਾ ਵਿਕਲਾਂਗ ਹੈ ਡੰਡੀ ਔਰਤ ਨੂੰ ਅਪਾਹਿਜ ਹੋਣ ਕਰਕੇ ਇਸ ਕਾਬਿਲ ਨਹੀਂ ਸਮਝਿਆ ਜਾਂਦਾ ਕਿ ਉਹ ਬਹੁਤਾ ਜ਼ਿੰਦਗੀ ਜਿਉ ਸਕੇਗੀ ਜਾਂ ਬਹੁਤਾ
ਜੀਵਨ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੇ ਭੂਮਿਕਾਵਾਂ ਨੂੰ ਨਿਭਾ ਸਕੇਗੀ। ਡੰਡੀ ਵਿਕਲਾਂਗ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣੇ ਸ਼ੁਰੂ ਹੋਏ ਹਨ ਅਤੇ ਇਹ ਲੋਕ ਖੁਦ ਵੀ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ ਹਨ, ਪਰ ਇਸ ਸਭ ਦੇ ਬਾਵਜੂਦ ਅਜੇ ਵੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨ, ਹਵਾਈ ਅੱਡਿਆਂ, ਪਾਰਕਿੰਗ ਦੀ ਥਾਂ ਤੇ ਜਾਂ ਫਿਰ ਟਿਕਟ ਕਾਊਂਟਰ ਅਤੇ ਹੋਰ ਜਨਤਕ ਥਾਵਾਂ ਉੱਪਰ ਇਹਨਾਂ ਲਈ ਸੁਵਿਧਾਵਾਂ ਨਹੀਂ ਹਨ। ਡੰਡੀ ਸਟਾਪ। ਹਾਂਜੀ, ਆਪਣਾ ਅੱਜ ਦਾ ਪਹਿਰਾ 100 ਦੀ ਸਪੀਡ 'ਤੇ ਡਿਕਟੇਟ ਹੋ ਚੁੱਕਿਆ ਹੈ। ਤੁਸੀਂ ਇਸਨੂੰ ਇੱਕ ਵਾਰੀ ਰੀਡ ਕਰਕੇ ਫਿਰ ਆਪਣਾ ਟਾਈਪ ਕਰ ਸਕਦੇ ਹੋ। ਜੋ ਵੀ ਤੁਹਾਨੂੰ ਕੋਈ ਵਰਡ ਔਖਾ ਲੱਗਦਾ ਉਹ ਸਾਡੇ ਪਰਸਨਲ ਨੰਬਰ 'ਤੇ ਤੁਸੀਂ ਮੈਸੇਜ ਕਰਕੇ ਆਊਟਲਾਈਨ ਪੁੱਛ ਸਕਦੇ ਹੋ ਅਤੇ ਸਾਡੇ ਗਰੁੱਪ ਵਟਸਐਪ ਗਰੁੱਪ ਦੇ ਵਿੱਚ ਵੀ ਤੁਸੀਂ ਐਡ ਹੋ ਸਕਦੇ ਹੋ। ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਹੈ। ਠੀਕ ਹੈ।